ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪੰਜਾਬ ਦੇ 8ਵੇਂ ਮੁੱਖ ਮੰਤਰੀ ਉਤਤਾਰ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਆਪਣੀ ਪੂਰੀ ਜ਼ਿੰਦਗੀ ਵਿੱਚ 11 ਵਾਰ ਇਲੈਕਸ਼ਨ ਜਿੱਤਣ ਵਾਲੇ ਤੇ ਸਿਰਫ ਦੋ ਇਲੈਕਸ਼ਨ ਹਾਰਨ ਵਾਲੇ ਇਹਨੇ ਵੱਡੇ ਲੀਡਰ ਦੀ ਪਿਛਲੀ ਰਾਤ 25 ਅਪ੍ਰੈਲ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਡੈਥ ਹੋ ਗਈ ਹੈ ਇਹਦੇ ਨਾਲ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਇੱਕ ਬਹੁਤ ਹੀ ਵੱਡੇ ਰਾਜਨੀਤੀ ਦੇ ਯੁੱਗ ਦਾ ਅੰਤ ਹੈ ਆਪਾਂ ਜੇ ਇੰਡੀਆ ਵਿੱਚ ਵੀ ਕਿਸੇ ਲੀਡਰ ਨਾਲ ਕੰਪੇਅਰ ਕਰੀਏ ਤਾਂ 11 ਵਾਰ ਜਿਹੜਾ ਬੰਦਾ ਇਲੈਕਸ਼ਨ ਲੜਿਆ ਹੋਵੇ ਤੇ ਜਿੱਤਿਆ ਹੋਵੇ ਪੂਰੀ ਜ਼ਿੰਦਗੀ ਵਿੱਚ 5 ਵਾਰ ਮੁੱਖ ਮੰਤਰੀ ਰਿਹਾ ਹੋਵੇ ਤਾਂ ਇਹੋ ਜਿਹੇ ਇਹਨਾਂ ਦੇ ਸਟੇਚਰ ਵਰਗਾ ਬੰਦਾ ਕੋਈ ਨਹੀਂ ਜੇ ਆਪਾਂ ਇਹਨਾਂ ਦੀ ਪ੍ਰੋਫਾਈਲ ਨੂੰ ਚੈੱਕ ਕਰੀਏ ਹੁਣ ਕਈ ਲੋਕਾਂ ਦੇ ਅੱਡ ਅੱਡ ਵਿਚਾਰਿਕ মতਪੇਦ ਨੇ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕਿਸ ਨੂੰ ਵਧੀਆ ਲੱਗਦਾ ਹੈ ਕਿਸ ਨੂੰ ਨਹੀਂ ਵਧੀਆ ਲੱਗਿਆ ਬਟ ਇਹ ਜਿਹੜਾ ਸੈਸ਼ਨ ਹੈ ਆਪਾਂ ਇਹਨਾਂ ਦੀ ਜੀਵਨੀ ਬਾਰੇ ਜਾਣਾਂਗੇ ਇਹਨਾਂ ਦੀ ਬਾਇਓਗ੍ਰਾਫੀ ਬਾਰੇ ਜਾਣਾਂਗੇ ਤੇ ਤੁਹਾਡੇ ਪੇਪਰ ਪੁਆਇੰਟ ਵੀ ਤੋਂ ਵੀ ਇੰਪੋਰਟੈਂਟ ਹੋ ਜਾਊਗਾ ਜਿਹੜੇ ਜਿਹੜੇ ਸਵਾਲੇ ਦੇ ਵਿੱਚ ਆਣਗੇ ਤੇ ਵੈਸੇ ਵੀ ਸਾਨੂੰ ਪਤਾ ਹੋਣਾ ਹੀ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਰਾਜਨੀਤੀ ਵਿੱਚ ਇਹਨਾਂ ਤੋਂ ਵੱਡੀ ਕੋਈ ਵੀ ਹਸਤੀ ਨਹੀਂ ਹੈ ਐਜ਼ ਆਫ ਨਾਓ ਤਾਜੀ ਸ਼ੁਰੂਆਤ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕੁਝ ਅਚੀਵਮੈਂਟਸ ਨਾਲ ਤਾਂਜੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦਾ ਜਨਮ 8 ਦਸੰਬਰ 1927 ਨੂੰ ਹੋਇਆ ਤੇ ਜਿੱਦਾਂ ਮੈਂ ਦੱਸਿਆ 25 April ਸ਼ਾਮੀ ਇਹਨਾਂ ਦੀ ਡੈਥ ਹੋਈ 2023 ਵਿੱਚ ਇਹ ਇੰਡੀਅਨ ਪੋਲੀਟੀਸ਼ੀਨ ਸੀਗੇ ਤੇ 8ਵੇਂ ਮੁੱਖ ਮੰਤਰੀ ਸੀਗੇ ਪੰਜਾਬ ਵਿੱਚ ਤੇ ਜਿੱਦਾਂ ਮੈਂ ਦੱਸਿਆ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ 5 times ਨਾਲ ਹੀ ਨਾਲ 11th ਯੂਨੀਅਨ ਮਿਨਿਸਟਰ ਆਫ ਐਗਰੀਕਲਚਰ ਵੀ ਸੀਗੇ ਜਦੋਂ ਮੋਰਾਰਜੀ ਦੇਸਾਈ ਗਵਰਨਮੈਂਟ ਆਈ ਸੀ ਨਾ ਸਾਲ 1977 ਦੇ ਵਿੱਚ ਉਸ ਸਾਲ ਇਹ ਐਗਰੀਕਲਚਰ ਮਿਨਿਸਟਰ ਵੀ ਸੀਗੇ ਹਾਂਜੀ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਨੇ 11th ਖੇਤੀਬਾੜੀ ਮੰਤਰੀ ਇਨ ਦਾ ਈਅਰ 1977 ਜਦੋਂ ਮੋਰਾਰਜੀ ਦੇਸਾਈ ਗਵਰਨਮੈਂਟ ਆਈ ਸੀਗੀ ਸਾਲ 2015 ਦੇ ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਿਵਿਲੀਅਨ ਅਵਾਰਡ ਸਭ ਤੋਂ ਵੱਡਾ ਹੁੰਦਾ ਭਾਰਤ ਰਤਨ ਉਸ ਤੋਂ ਬਾਅਦ ਆਉਂਦਾ ਪਦਮ ਵਿਭੂਸ਼ਣ ਤਾਂ ਇਹਨਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀਗਾ ਸਾਲ 2015 ਦੇ ਵਿੱਚ ਤਾਂ ਹੁਣ ਇਹਨਾਂ ਦੀ ਜ਼ਿੰਦਗੀ ਬਾਰੇ ਜਾਣਦੇ ਆਂ ਤਾਂ ਜਨਮ ਆਪਾਂ ਪਹਿਲਾਂ ਪੜ ਚੁੱਕੇ ਵੀ 8 ਦਸੰਬਰ 1927 ਨੂੰ ਹੋਇਆ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਅਬੂਲ ਖੁਰਾਨਾ ਮਲੋਟ ਦੇ ਨੇੜੇ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਸੀਗੇ ਗ੍ਰੈਜੂਏਸ਼ਨ ਕਿੱਥੇ ਦੀ ਫਾਰਮਨ 크ਰਿਸਚੀਅਨ ਕਾਲਜ ਲਾਹੌਰ ਤੋਂ ਕਿਉਂਕਿ ਦੇਖ ਹੀ ਸਕਦੇ ਹੋ ਤੁਸੀਂ ਜਦੋਂ ਭਾਰਤ ਆਜ਼ਾਦ ਹੋਇਆ ਉਸ ਟਾਈਮ ਇਹ 20 ਸਾਲ ਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਜੀ ਸ਼ੁਰੂਆਤ ਕੀਤੀ ਇਹਨਾਂ ਨੇ ਆਪਣੀ ਪੋਲਿਟਿਕਸ ਵਿੱਚ 20 ਸਾਲ ਦੀ ਉਮਰ ਤੋਂ ਹੀ ਦੇਖ ਰਹੇ 1927 ਦਾ ਜਨਮ ਹੈ ਤੇ 47 ਵਿੱਚ ਸ਼ੁਰੂਆਤ ਕੀਤੀ ਸਰਪੰਚ ਸੀਗੇ ਬਾਦਲ ਪਿੰਡ ਦੇ ਉਸ ਤੋਂ ਬਾਅਦ ਚੇਅਰਮੈਨ ਬਣ ਗਏ ਬਲਾਕ ਸਮਿਤੀ ਜਿੱਥੇ ਲੰਬੀ ਲੰਬੀ ਜਿੱਥੇ ਸਭ ਤੋਂ ਜ਼ਿਆਦਾ ਵਾਰ ਖੜੇ ਹੋਏ ਨੇ ਜਿਸ ਸਭ ਤੋਂ ਜ਼ਿਆਦਾ ਵਾਰ ਇਹਨਾਂ ਨੇ ਜਿੱਤ ਹਾਸਿਲ ਕੀਤੀ ਹੈ ਇਹ ਤੋਂ ਬਾਅਦ ਜਦੋਂ ਇਹ ਬਣੇ ਸਰਪੰਚ ਬਣੇ ਇਹ ਤਾਂ ਸ਼ੁਰੂਆਤ ਸੀਗੀ ਇੱਕ ਸਰਪੰਚ ਬਣੇ ਫਿਰ ਚੇਅਰਮੈਨ ਬਣੇ ਇਹਨਾਂ ਨੂੰ ਕੀ ਪਤਾ ਸੀਗਾ ਕਿ ਅੱਗੇ ਜਾ ਕੇ ਇਹਨਾਂ ਦਾ ਜਿਹੜਾ ਜੀਵਨ ਦਾ ਅੰਤ ਹੋਊਗਾ ਇਹ ਪੰਜਾਬ ਦੀ ਰਾਜਨੀਤੀ ਦੇ ਸਭ ਤੋਂ ਵੱਡੇ ਕਹਿ ਸਕਦੇ ਆਪਾਂ ਪਲੇਅਰ ਉੱਭਰਣਗੇ ਤਾ ਸ਼ੁਰੂਆਤ 1947 ਤੋਂ ਹੀ ਵਾਸ ਇਲੈਕਟਡ ਟੂ ਪੰਜਾਬ ਵਿਧਾਨ ਸਭਾ ਇਨ 1957 ਫਾਰ ਦਾ ਫਰਸਟ ਟਾਈਮ ਫਰਮ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁਣ ਕਈਆਂ ਨੂੰ ਇਹ ਭੁਲੇਖਾ ਹੈ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸ਼ੁਰੂਆਤ ਹੀ ਬਦਲ ਨੇ ਕੀਤੀ ਸੀ ਕਿ ਨਹੀਂ ਜੀ ਐਦਾਂ ਨਹੀਂ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਸਾਲ 1920 ਵਿੱਚ ਹੋ ਗਈ ਸੀਗੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮ ਤੋਂ ਵੀ 7 ਸਾਲ ਪਹਿਲਾਂ ਦੀ 11 ਵਾਰ ਐਮਐਲਏ ਰਹਿ ਚੁੱਕੇ ਨੇ 11 5 ਕਰੋ 55 ਸਾਲ ਤਾਂ ਇਹੀ ਹੋਗੇ छोटे टाइम भी रहे बिच, बिच लेकिन हाँ अराउंड अराउंड फिफ्टी ईयरस पाँ साल द पॉलीटिक्स जो इन्ह ने लीड किया है जो ये रहे 1968 ਵਿੱਚ ਵਿਆਹ ਹੋ ਜਾਂਦਾ ਹੈ ਇਹਨਾਂ ਦਾ ਸੁਰਿੰਦਰ ਕੌਰ ਨਾਲ ਤੇ ਇਹਨਾਂ ਦੇ ਦੋ ਜਵਾਬ ਖੁੰਦੇ ਨੇ ਸਭ ਨੂੰ ਪਤਾ ਹੈ ਇਹ ਇਹਨਾਂ ਬਾਰੇ ਇੱਕ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਇੱਕ ਕੁੜੀ ਹੁੰਦੀ ਹੈ ਕੁੜੀ ਦਾ ਨਾਮ ਹੁੰਦਾ ਹੈ ਪਰਨੀਤ ਕੌਰ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਆਦੇਸ਼ ਪ੍ਰਤਾਪ ਸਿੰਘ ਕਾਇਰੋ ਨਾਲ ਤੇ ਸੁਖਬੀਰ ਸਿੰਘ ਬਾਦਲ ਦੀ ਘਰ ਵਾਲੀ ਤੁਹਾਨੂੰ ਪਤਾ ਹੈ ਹਰਸਿਮਰਤ ਕੌਰ ਬਾਦਲ ਐਮਪੀ ਵੀ ਰਹਿ ਚੁੱਕੇ ਨੇ ਤੇ ਬਹੁਤ ਹੀ ਵੱਡੇ ਲੀਡਰ ਨੇ ਇੰਡੀਅਨ ਪੋਲਿਟਿਕਸ ਵਿੱਚ ਇਹ ਐਜ਼ ਇਨ ਇੰਡੀਅਨ ਪੋਲਿਟਿਕਸ ਹੈ ਹੋਰ ਦੇਖਦੇ ਆਪਾਂ ਤਾਂ ਦਸੰਬਰ 2011 ਨੂੰ ਅਕਾਲ ਤਖਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਇੱਕ ਬਹੁਤ ਹੀ ਵੱਡੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਵਾਰਡ ਦਾ ਨਾਮ ਹੈ ਜੀ ਪੰਥ ਰਤਨ ਫਖਰੇ ਕੌਮ ਮਤਲਬ ਹੁੰਦਾ ਹੈ ਵੀ ਕੌਮ ਦਾ ਹੀਰਾ ਕਮਿਊਨਿਟੀ ਸ਼ਾਬਦਿਕ ਤੌਰ ਤੇ ਧਰਮ ਦਾ ਗਹਿਣਾ ਕੌਮ ਦਾ ਮਾਣ ਤਾਂ ਇਹਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਹਿੰਦੇ ਕਿਉਂਕਿ ਇਹ ਜਿਹੜਾ ਅਵਾਰਡ ਸੀਗਾ ਇਹ ਆਫਟਰ ਡੈਥ ਦਿੱਤਾ ਜਾਂਦਾ ਹੈ ਫਿਰ ਅਕਾਲ ਤਖਨ ਨੇ ਡਿਫੈਂਡ ਕਰਦੇ ਹੋਏ ਦੱਸਿਆ ਵੀ ਜਿੱਦਾਂ ਮਾਸਟਰ ਤਾਰਾ ਸਿੰਘ ਨੂੰ ਦਿੱਤਾ ਸੀਗਾ ਉਦੋਂ ਆਪਾਂ ਇਹ ਜਿਹੜਾ ਅਵਾਰਡ ਹੈ ਇਹ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦਿੱਤਾ ਕੌਮ ਦਾ ਹੀਰਾ ਫਿਰ ਜਿੱਦਾਂ ਆਪਾਂ ਗੱਲ ਕਰ ਚੁੱਕੇ 2015 ਵਿੱਚ ਇਹਨਾਂ ਨੂੰ ਜਦੋਂ ਆਪਣੇ ਰਾਸ਼ਟਰਪਤੀ ਸੀਗੇ ਪ੍ਰਣਾਮ ਮੁਖਰਜੀ ਉਹਨਾਂ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਲੇਕਿਨ ਫਿਰ ਸਾਲ 2020 ਦੇ ਵਿੱਚ ਕਿਸਾਨੀ ਆਂਦੋਲਨ ਦੇ ਚੱਲਦੇ ਹੋਏ ਇਹਨਾਂ ਨੇ ਆਪਣਾ ਜਿਹੜਾ ਪਦਮ ਵਿਭੂਸ਼ਣ ਦਾ ਅਵਾਰਡ ਹੈ ਉਹਨੂੰ ਵਾਪਸ ਕਰਤਾ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਉਸ ਟਾਈਮ ਕੰਪੇਅਰ ਹੋ ਰਹੀ ਸੀਗੀ ਗੱਲਾਂ ਰਵਿੰਦਰਨਾਥ ਟੈਗੋਰ ਨਾਲ ਉਹਨਾਂ ਨੇ ਵੀ ਆਪਣਾ ਨਾਈਟ ਹੁੱਡ ਦਿੱਤਾ ਸੀਗਾ ਹੈਨਾ ਤਾਂ ਉਹੋ ਜਿਹੀਆਂ ਗੱਲਾਂ ਤਾਂ 2020 ਦੇ ਵਿੱਚ ਇਹਨਾਂ ਨੇ ਆਪਣਾ ਨਾਈਟ ਹੁੱਡ ਨਾਈਟ ਹੁੱਡ ਕਹਿ ਰਹੇ ਮੈਂ ਇਹਨਾਂ ਨੇ ਆਪਣਾ ਜਿਹੜਾ ਅਵਾਰਡ ਹੈ ਜਿਹੜਾ ਪਦਮ ਵਿਭੂਸ਼ਣ ਹੈ ਉਹ ਉਹਨਾਂ ਨੂੰ ਦਿੱਤਾ ਤਾਜੀ ਪ੍ਰਕਾਸ਼ ਸਿੰਘ ਬਾਦਲ ਬਾਰੇ ਉਹਦੇ ਬਾਰੇ ਮੈਂ ਕਹਾਂਗਾ ਬਹੁਤ ਸਾਰੇ ਵਿਚਾਰਿਕ ਮਤ ਭੇਦ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਤਾਂ ਜੀ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਜੀਵਨੀ ਬਾਰੇ ਪੜਿਆ ਹੈ ਪੇਪਰ ਪੁਆਇੰਟ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਹੀ ਨਹੀਂ ਪੂਰੇ ਇੰਡੀਆ ਲੈਵਲ ਤੇ ਸਭ ਤੋਂ ਬਹੁਤ ਵੱਡੀ ਪਰਸਨੈਲਿਟੀ ਹੈ ਆਪਣੇ ਆਪ ਸੋਚ ਲਓ ਇੱਕ ਉਹ ਜੀ ਪਰਸਨੈਲਿਟੀ ਨੇ ਇਹ ਜਿਨ੍ਹਾਂ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਪੈਰੀ ਹਤ ਲਾਉਂਦੇ ਨੇ ਸੋਚੋ ਕਿਸ ਲੈਵਲ ਦੀ ਪਰਸਨੈਲਿਟੀ ਹੋਣੀ ਤਾਂ ਜੀ ਇਹ ਵੀਡੀਓ ਨੂੰ ਸੇਵ ਕਰ ਲਿਓ ਜਿਹੜਾ ਪੇਪਰ ਲਈ ਪੜ ਰਹਾ ਉਹ ਤੋਂ ਨੋਟਸ ਬਣਾ ਲਓ ਜਿਹਨੂੰ ਵੈਸੇ ਜਾਣਕਾਰੀ ਚਾਹੀਦੀ ਹੈ ਉਹਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਨਾਲ ਪੰਜਾਬ ਪਟਵਾਰੀ ਦੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਪੰਜਾਬ ਪਟਵਾਰੀ ਲਈ ਮੇਰੇ ਕੋਲ ਬਹੁਤ ਹੀ ਵਧੀਆ ਚੀਜ਼ ਹੈ ਤੁਹਾਡੇ ਲਈ 15 ਮਈ ਦਾ 14 ਮਈ ਦਾ ਪੇਪਰ ਹੈ ਤੇ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ ਜੀ 21 ਮਈ ਦਾ ਦੋਨਾਂ ਲਈ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਬੰਪਰ ਇੱਕ ਬੈਚ ਲੈ ਕੇ ਆਏ ਹਾਂ ਜਿਹਦੇ ਵਿੱਚ ਭਰ ਕੇ ਸਵਾਲਾਂ ਦੀ ਤਿਆਰੀ ਹੋਊਗੀ ਅਫੇਅਰ ਰੀਜ਼ਨਿੰਗ ਮੈਥ ਪੰਜਾਬੀ ਪੰਜਾਬ ਜੀਕੇ ਕੰਪਿਊਟਰ ਏ ਟੂ ਜ਼ेड ਦੀ ਤੇ 3000 ਤੋਂ ਜ਼ਿਆਦਾ ਸਵਾਲ ਅਸੀਂ ਸੋਲਵ ਕਰਾ ਦੋਗੇ ਕਿਉਂਕਿ ਪੇਪਰ 'ਚ ਦੇ ਬਾਰੇ ਤੁਸੀਂ ਸੋਚ ਰਹੇ ਹੋਣੇ ਕਿ ਸਰ ਅਸੀਂ ਰਿਵੀਜ਼ਨ ਕਰ ਲੈਂਦੇ ਹੈ ਰਿਵੀਜ਼ਨ ਇਜ਼ ਬੈਟਰ ਨਹੀਂ ਕਿਉਂਕਿ ਪੇਪਰ 'ਚ ਐਮਸੀਕਿਊ ਆਣੇ ਨੇ ਪੇਪਰ 'ਚ ਰਿਵੀਜ਼ਨ ਨਹੀਂ ਆਣਾ ਪੇਪਰ 'ਚ ਲਿਖਣਾ ਨਹੀਂ ਆਊਗਾ ਇਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਸਵਾਲ ਹੋ ਜੂਗੇ ਇੰਨੀ ਗਾਰੰਟੀ ਹੈ ਪ੍ਰੀਵੀਅਸ ਇਅਰ ਸਵਾਲ ਵੀ ਹੋਣੇ ਇਹਦੇ ਵਿੱਚ ਤੁਹਾਨੂੰ ਬਾਕੀ ਚੀਜ਼ਾਂ ਦੀ ਵੀ ਪ੍ਰੈਕਟਿਸ ਕਰਾਈ ਜਾਊਗੀ ਤੇ ਜਦੋਂ ਪੇਪਰ ਜਾ ਕੇ ਬੈਠੋਗੇ ਨਾ ਅੱਧਾ ਪੇਪਰ ਤੁਹਾਨੂੰ ਲੱਗੂਗਾ ਕਿ ਮੈਂ ਇੱਕ ਐਗਜ਼ਾਮਪਲ ਬੱਚਿਆਂ ਨੂੰ ਦਿਨਾ ਟਾਈਮ ਐਂਡ ਵਰਕ ਹੈ ਤੁਸੀਂ ਜੇ ਪੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੋਊਗਾ ਕਿ 7 8 ਟਾਈਪਸ ਨੇ 7 8 ਟਾਈਪ ਨੇ A ਨੇ ਕੰਮ ਕੀਤਾ A ਨੇ ਕੰਮ ਕੀਤਾ ਫਿਰ B ਨੇ ਕੀਤਾ A ਤੇ B ਨੇ ਇਕੱਠੇ ਕੰਮ ਕੀਤਾ ਫਿਰ ਪੈਸੇ ਵਾਲੇ ਆ ਜਾਂਦੇ ਨੇ ਤਾਂ 7 8 ਟਾਈਪ ਨੇ ਇਹਦੇ ਵਿੱਚ ਤੁਹਾਨੂੰ ਉਹ 7 8 ਟਾਈਪ ਦੀ ਤਿੰਨ ਤਿੰਨ ਚਾਰ ਚਾਰ ਵਾਰ ਪ੍ਰੈਕਟਿਸ ਹੋ ਜੂਗੀ ਤਾਂ ਆਪਣੇ ਆਪ ਸੋਚੋ ਉਹ ਤੋਂ ਇਲਾਵਾ ਤਾਂ ਸਵਾਲ ਬਣ ਨਹੀਂ ਸਕਦਾ ਨਾ ਜਿ करंट अफेयर ਤੇ ਹੰਡੀ ਨਵੇਂ ਸਵਾਲ ਆਣਗੇ ਮੈਥ ਹੈ ਹੋ ਚੁੱਕਾ ਹੈ ਉਹ 7-8 ਸਾਲਾਂ ਦੀ ਸਵਾਲਾਂ ਦੀ 3-3 4-4 ਵਾਰ ਇਹਦੇ ਵੀ ਥੋੜੀ ਪ੍ਰੈਕਟਿਸ ਜਦੋਂ ਹੋਗੀ ਉਸ ਤੋਂ ਬਾਅਦ ਜਦੋਂ ਪੇਪਰ 'ਚ ਬੈਠੋਗੇ ਤਾਂ ਉਹਨਾਂ 7-8 ਤੋਂ ਹੀ ਸਵਾਲ ਆਊਗਾ ਨਾ ਥੋੜਾ ਬਹੁਤ ਲੈਂਗੁਏਜ ਹੀ ਖਿਲਾ ਦੋਗੇ ਲੇਕਿਨ ਜੇ ਤੁਸੀਂ ਪ੍ਰੈਕਟਿਸ ਕੀਤੀ ਹੋਈ ਵਧੀਆ ਤਾਂ ਤੁਸੀਂ ਸੋਲਵ ਕਰ ਦੋਗੇ ਤੇ ਇਹ ਜਿਹੜਾ ਬੈਚ ਹੈ ਥੋੜੀ ਮਦਦ ਕਰੂਗਾ ਤੇ ਪ੍ਰਾਈਸ ਕਿੰਨਾ ਸਿਰਫ ਔਰ ਸਿਰਫ 880 ਰੁਪਿਆ ਇੱਕ ਡਿਸਕਾਊਂਟ ਕੋਡ ਵਰਤ ਕੇ Y383Y383 ਵਰਤ ਕੇ ਐਦਾਂ ਹੀ ਜਿਹੜਾ ਐਕਸਾਈਡ ਇੰਸਪੈਕਟਰ ਦੀ ਤਿਆਰੀ ਕਰ ਰਹਾ ਹੈ ਉਹਦੇ ਲਈ ਤਾਂ ਇਹ ਬੈਚ ਸ਼ੁਰੂ ਹੋ ਚੁੱਕਾ ਹੈ ਕੱਲ ਇੱਕ ਦਿਨ ਹੋਇਆ ਉਹ ਤੁਹਾਨੂੰ ਕਲਾਸ ਰਿਕਾਰਡਡ ਮਿਲ ਜੂਗੀ ਬਾਕੀ ਤੁਸੀਂ ਰਾਮ ਨਾਲ ਦੇਖਿਓ ਐਕਸਰਸਾਈਜ਼ ਲਈ ਤਾਂ ਵਧੀਆ ਤਾਂ ਕਰਕੇ ਕਿਉਂਕਿ 12 13 ਮਈ ਨੂੰ ਖਤਮ ਹੋ ਜਾਊਗਾ ਬੈਚ ਉਸ ਤੋਂ ਬਾਅਦ ਤੁਹਾਨੂੰ ਤਾਂ 10 7 8 ਦਿਨ ਮਿਲਣਗੇ ਰਿਵਾਈਜ਼ ਕਰਨ ਨੂੰ ਵੀ ਐਨਰੋਲ ਕਿਦਾਂ ਕਰ ਸਕਦੇ ਹੋ ਉਹ ਦੇਖ ਲਓ ਤਾਂ ਓਪਨ ਕਰਨਾ ਹੈ ਤੁਹਾਨੂੰ ਜੀ adda247.com ਯਾਨੀ adda 247.com ٹھیک ہے جی اڈا 247.com یعنی اڈا 247.com اوپن کرو گے یہ اوپن کرنے ਤੋਂ ਬਾਅਦ ਜਿਹੜੇ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਮੈਂ ਤਾਂ ਬਈ ਕਰ ਰਿਹਾ ਪੰਜਾਬ ਪਟਵਾਰੀ ਦੀ ਮੈਂ ਲਿਖੂਗਾ ਇੱਥੇ ਪੂ ਨ ਜੇ ਏ ਬੀ ਪਟਵਾਰੀ ਠੀਕ ਹੈ ਜੀ ਇਹ ਲਿਖਦਾ ਮੈਂ ਪੰਜਾਬ ਪਟਵਾਰੀ ਤੇ ਆਹ ਦੇਖੋ ਜੀ ਥੱਲੇ ਮਾੜਾ ਜਿਹਾ ਹੋ ਕੇ ਇਹ ਆ ਗਿਆ ਜੀ ਪੰਜਾਬ ਪਟਵਾਰੀ ਦਾ 3000 ਪਲੱਸ ਐਮਸੀਕਿਊ ਦਾ ਬੈਚ ਇੱਥੇ ਜੇ ਮੁੱਲ ਦੇਖੋਗੇ ਤਾਂ 9 999 999000 ਰੁਪਿਆ ਇਹ ਤੋਂ ਘੱਟ ਕਰਨਾ ਆਪਾਂ ਕਿਦਾਂ ਡਿਸਕਾਊਂਟ ਕੋਡ ਦੱਸਿਆ ਉਹ ਜੀ ਆਪਣੇ ਪੰਜਾਬ ਦਾ ਡਿਸਕਾਊਂਟ ਕੋਡ ਹੈ ਉਹ ਤਾਂ ਕਰਕੇ ਘੱਟ ਪੈਂਦਾ ਤਾਂ ਅਸੀਂ ਲਿਖਾਂਗੇ ਇੱਥੇ ਆ ਕੇ Y383 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 ਤੇ ਆਹ ਵੇਖੋ ਪੈ ਗਿਆ 919 ਦਾ ਮੈਂ ਕਿਹਾ 880 ਦਾ ਅਡਾ 247 ਦੀ ਐਪ ਡਾਊਨਲੋਡ ਕਰਿਓ ਕਿੱਥੋਂ ਡਾਊਨਲੋਡ ਕਰਨੀ ਉਹ ਵੀ ਦੱਸ ਦੇਣਾ ਇਹ ਵੀਡੀਓ ਚੱਲੀ ਹੋਈ ਹੈ ਇਹਦੀ ਡਿਸਕ੍ਰਿਪਸ਼ਨ ਵਿੱਚ ਜਾਇਓ ਉੱਥੇ ਇੱਕ ਲਿੰਕ ਲੱਗਿਆ ਹੋਇਆ ਡਾਊਨਲੋਡ ਅਡਾ 247 ਐਪ ਐਚਟੀਟੀਪਸ ਫਲਾਣਾ ਤੇੰਗਾ ਕੁਝ-ਕੁਝ ਕਰਕੇ ਮੇਰਾ ਨਾਂ ਲਿਖਿਆ ਹੋਊਗਾ ਗਗਨਦੀਪ ਉਹਦੇ ਉੱਤੇ ਕਲਿੱਕ ਕਰਕੇ ਐਪ ਜਾਇਓ ਕਰਿਓ ਉਹਦੇ ਉੱਤੇ ਕਲਿੱਕ ਕਰ ਤੁਹਾਨੂੰ ਪਲੇ ਸਟੋਰ ਐਪ ਸਟੋਰ ਜਿੱਥੇ ਲੈ ਕੇ ਜਾਊਗੀ ਇੰਸਟਾਲ ਕਰਿਓ ਉੱਤੇ ਲਿਖਿਆ ਪੰਜਾਬ ਪਟਵਾਰੀ ਤੇ ਫਿਰ ਡਿਸਕਾਊਂਟ ਕੋਡ ਭਰਿਓ Y383Y383 ਤੇ ਤੁਹਾਨੂੰ ਇਹ 40 ਰੁਪਇਆ ਹੋਰ ਸਸਤਾ ਪੈਜੂ 880 ਆਂਦਾ ਤੇ ਯਾਰ ਪ੍ਰਾਈਸ ਤਾਂ ਇੱਕ ਬਹਾਨਾ ਹੈ ਕਿਉਂਕਿ ਜਿਹੋ ਜਿਹੇ ਲੈਵਲ ਦੀ ਤੁਹਾਡੀ ਤਿਆਰੀ ਹੋਣ ਵਾਲੀ ਹੈ ਇਹਦੇ ਵਿੱਚ ਉਹਦੇ ਸਾਹਮਣੇ ਇਹ ਤਾਂ ਕੁਝ ਵੀ ਨਹੀਂ ਪ੍ਰੀਵੀਅਸ ਇਅਰ ਸਵਾਲ ਹੋਣਗੇ ਪੀ ਟ੍ਰਿਪਲ ਐਸ ਬੀ ਦੇ ਪੀ ਐਸ ਪੀ ਸੀ ਐਲ ਪੰਜਾਬ ਪੁਲਿਸ ਚੰਡੀਗੜ੍ਹ ਸੋਰੀ ਕਨਸਟੇਬਲ ਹੋਵੇ ਸਬ ਇੰਸਪੈਕਟਰ ਹੋਵੇ ਸਾਰਿਆਂ ਦੇ ਪ੍ਰੀਵੀਅਸ ਇਅਰ ਸਵਾਲ ਸੋਲਵ ਕਰਾਉਂਗੇ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਪੇਪਰ ਬਣਾਣ ਵਾਲੇ ਦੀ ਸਾਈਕੀ ਕੀ ਹੋਜੀ ਹੈ ਕਿਹੋ ਜੀ ਮਾਨਸਿਕਤਾ ਨਾਲ ਉਹਨੇ ਪੇਪਰ ਬਣਾਇਆ ਹੈ ਕਿਉਂਕਿ ਅੱਗੇ ਵੀ ਹੋ ਜੇ ਪੇਪਰ ਆਣੇ ਨੇ ਬੰਦਾ ਤਾਂ ਪੰਜਾਬੀ ਹੋ ਇੰਡੀਅਨ ਪੇਪਰ ਬਣਾਉਣ ਵਾਲਾ ਤੇ ਇੱਕੀ ਟਾਈਪ ਦੇ ਜਦੋਂ 4 4 5 5 ਵਾਰ ਸਵਾਲ ਕਰ ਲਓਗੇ ਪੇਪਰ ਜਦੋਂ ਬੈਠੋਗੇ ਗਾਰੰਟੀ ਦਿਨਾ 50 ਟੂ 60% ਪੇਪਰ ਇਹੋ ਜਿਹਾ ਹੋਗਾ ਜਿਹੜਾ ਤੁਸੀਂ ਕਰਕੇ ਆਏ ਹੋਣੇ ਆਲਰੇਡੀ ਕੀਤਾ ਹੋਇਆ ਹੋਣਾ ਬਸ ਮਾੜੀ-ਮੋਟੀ ਭਾਸ਼ਾ ਬਦਲ ਦੋਗੇ A ਇਸ ਦਾ son of B ਇਸ ਤਾਂ ਉੱਥੇ ਲਿਖ ਦੂਗਾ B ਇਸ ਦਾ father of A ਸਵਾਲ ਤਾਂ ਸੇਮ ਹੀ ਹੋਇਆ ਨਾ A B ਦਾ ਬੇਟਾ ਹੈ ਜਾਂ ਫਿਰ B A ਦਾ ਬਾਪ ਹੈ ਹੈ ਤਾਂ ਬਾਪ ਬੇਟਾ ਹੀ ਇਹੋ ਜਿਹੀ ਤਿਆਰੀ ਹੋ ਜਾਣੀ ਇੱਥੇ ਬਸ ਧਿਆਨ ਕੀ ਰੱਖਣੀ ਇੱਕ ਚੀਜ਼ ਬਸ ਧਿਆਨ ਰੱਖਣੀ ਤੁਹਾਨੂੰ ਸਿਰਫ ਇਹ ਡਿਸਕਾਊਂਟ ਕੋਡ ਜਿਹੜਾ ਆਪਣਾ ਪੰਜਾਬ ਦਾ ਡਿਸਕਾਊਂਟ ਕੋਡ Y383 Y383 ਆਲ ਦਬੇ ਸਤਿ ਸ਼੍ਰੀ ਅਕਾਲ ਬਾਏ